ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਸਰਬਸੰਮਤੀ ਦੇ ਨਾਲ ਜੇਕਰ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ ਤਾਂ ਚੰਗੀ ਗੱਲ ਹੋਵੇਗੀ। ਉਹਨਾਂ ਦੀ ਜਿਹੜੀ ਅਪੀਲ ਆ ਉਹਨੂੰ ਇੱਥੇ ਬੂਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਮੈਂ ਇਸ ਵਕਤ ਮੋਰਿੰਡੇ ਦੇ ਵਿੱਚ ਮੌਜੂਦ ਹਾਂ, ਵਿਧਾਇਕ ਡਾਕਟਰ ਚਰਨਜੀਤ ਇਸ ਵਕਤ ਸਾਡੇ ਨਾਲ ਮੌਜੂਦ ਨੇ, ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਤੋਂ 52, ਬਿਲਕੁਲ ਸਹੀ 52 ਜਿਹੜੀਆਂ ਪੰਚਾਇਤਾਂ ਨੇ ਸਰਬਸੰਮਤੀ ਦੇ ਨਾਲ ਇੱਥੇ ਚੁਣੀਆਂ ਗਈਆਂ ਨੇ, ਇੱਕ ਵੱਡਾ ਨੰਬਰ ਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਬੂਰ ਪਿਆ ਉਹਦੇ ਪਿੱਛੇ ਕਿੰਨੀ ਕੁ ਮਿਹਨਤ ਉਹਨਾਂ ਨੂੰ ਕਰਨੀ ਪਈ ਆ। ਵਿਧਾਇਕ ਸਾਹਿਬ ਬਹੁਤ ਬਹੁਤ ਸਵਾਗਤ ਨਿਊਜ਼ 18 ਦਾ ਜੀ। ਵਿਧਾਇਕ ਸਾਹਿਬ 52 ਦੇ ਕਰੀਬ ਜਿਹੜੀਆਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਅੱਜ ਇੱਥੇ ਚੁਣ ਲਈਆਂ ਗਈਆਂ ਨੇ, ਕਿੱਦਾਂ ਕਿੰਨੀ ਕੁ ਮਿਹਨਤ ਲੱਗੀ ਆ ਤੇ ਕਿਹੜਾ ਇਹ ਜਿਹੜਾ ਤੁਸੀਂ ਕਹਿ ਕਹਿੰਦੇ ਉਹਨੇ ਚੂਰਨ ਦੇ ਦਿੱਤਾ ਕਿ ਉਹ ਸਾਰੇ ਮੰਨ ਗਏ ਨੇ? ਦੇਖੋ 53 ਪੰਚਾਇਤਾਂ ਔਰ ਇੱਕ ਪਿੰਡ 'ਚ ਸਰਪੰਚ ਸਾਹਿਬ, ਮਤਲਬ ਤੁਸੀਂ ਲਾ ਸਕਦੇ ਹੋ ਕਿ ਇਹ ਸਰਬਸੰਮਤੀ ਨਾਲ ਜਿਹੜੇ ਚੁਣੇ ਗਏ ਨੇ। ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਦਿੰਦਾ, ਜਿਹੜੇ ਸਰਪੰਚ ਸਾਹਿਬ ਆਪਣੇ ਪੰਚ ਸਾਹਿਬ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਇੱਕ ਅਪੀਲ ਤੇ ਉਹਨਾਂ ਨੇ ਇਹ ਜਿਹੜਾ ਫੈਸਲਾ ਲਿੱਤਾ। ਔਰ ਇਹ ਬਹੁਤ ਮੈਂ ਕਹਿੰਦਾ ਵੀ ਪਹਿਲੀ ਵਾਰੀ ਹੋਇਆ ਹੋਣਾ ਕਿ ਕਿਸੇ ਪਾਰਟੀ ਨੇ ਐਸਾ ਜਿਹੜਾ ਇੱਕ ਫੈਸਲਾ ਲੋਕਾਂ ਨੂੰ ਅਪੀਲ ਕੀਤੀ ਹੋਵੇ ਔਰ ਲੋਕਾਂ ਨੇ ਉਸ 'ਤੇ ਫੁੱਲ ਚੜ੍ਹਾਏ ਹੋਣ। ਔਰ ਫੁੱਲ ਵੀ ਇਸੇ ਲਈ ਚੜ੍ਹਾਏ ਆ ਕਿ 2.5 ਸਾਲ ਦਾ ਜਿਹੜਾ ਕਾਰਜਕਾਲ ਹੈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ, ਉਹ ਬਹੁਤ ਹੀ ਨਿਰੋਲ, ਸਾਫ਼ ਸੁਥਰਾ, ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਦਿਖ ਰਿਹਾ ਕਿ ਉਹਨਾਂ ਨੇ 2.5 ਸਾਲ ਦੇ ਅੰਦਰ ਇਨਕਲਾਬੀ ਕੰਮ ਲੋਕਾਂ ਲਈ ਕੀਤੇ ਆ। ਸੋ ਉਸ ਨੂੰ ਦੇਖਦੇ ਹੋਏ ਜਿਹੜਾ ਪਿੰਡਾਂ ਨੇ ਆਪਣੇ ਜਿਹੜੇ ਇਹ ਇੱਦਾਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਔਰ ਜਿਹੜੀਆਂ ਬਾਕੀ ਜਿੱਥੇ ਇਲੈਕਸ਼ਨ ਵੀ ਹੋਣੇ ਨੇ ਉੱਥੇ ਵੀ ਇਹੀ ਮੈਨੂੰ ਆਸ ਹੈ ਕਿ ਇਮਾਨਦਾਰ ਬੰਦੇ ਅੱਗੇ ਆਉਣਗੇ ਔਰ ਪੰਜਾਬ ਦਾ ਜਿਹੜਾ ਸਾਡਾ ਇੱਕ ਸੁਪਨਾ ਹੈ ਸਾਡੀ ਪਾਰਟੀ ਦਾ ਕਿ ਇੱਕ ਰੰਗਲਾ ਪੰਜਾਬ ਜੋ ਕਦੇ 20 ਸਾਲ ਪਹਿਲਾਂ ਹੁੰਦਾ ਸੀ ਉਹ ਕਾਇਮ ਕਰਨਾ, ਉਹ ਬਹੁਤ ਜਲਦ ਕਾਇਮ। ਪੰਜ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ ਮੁੱਖ ਮੰਤਰੀ ਵੱਲੋਂ ਵੀ 5 ਲੱਖ ਰੁਪਏ ਦੇ ਦਿੱਤਾ ਜਾਵੇਗਾ ਜਿਹੜੇ ਸਰਬਸੰਮਤੀ ਨਾਲ ਚੁਣੇ ਜਾਣਗੇ। ਤੁਹਾਡੇ ਤਾਂ ਬਹੁਤ ਵੱਡਾ ਨੰਬਰ ਹੋ ਚੁੱਕਿਆ, ਵੀ ਕਿੱਦਾਂ ਹੁਣ ਇਹ ਫੰਡ ਕਦੋਂ ਆਣਗੇ ਇਹਨਾਂ ਤੱਕ, ਜਾਂ ਥੋੜਾ ਇੱਕ ਪ੍ਰੋਸੀਜਰ ਹੁੰਦਾ ਉਸਨੂੰ ਲੈ ਕੇ ਆਉਣ ਦਾ? ਦੇਖੋ ਮਾਨ ਸਾਹਿਬ ਨੇ ਅਨਾਊਂਸ ਕੀਤਾ ਸੀ, ਮੈਂ ਕਹਿੰਦਾ 5 ਲੱਖ ਨਹੀਂ, ਜਿੰਨੇ ਵੀ ਇਹ ਮੰਗਣਗੇ ਡਿਵੈਲਪਮੈਂਟ ਲਈ ਜਿੰਨੇ ਪੈਸੇ ਮੰਗਣਗੇ ਉਹ ਇਹਨਾਂ ਨੂੰ ਮਿਲਣਗੇ। ਕਈ ਪਿੰਡ ਹੈ ਜਿਹਨਾਂ ਨੂੰ ਮੈਂ ਗਿਣ ਸਕਦਾ, ਜਿਹਨਾਂ ਨੂੰ 25-25, 30-30 ਲੱਖ ਮੈਂ ਦੇ ਵੀ ਚੁੱਕਿਆ। ਖੁੱਲੇ ਗੱਫਿਆਂ ਦੀ ਗੱਲ ਕਰ ਰਹੇ ਹੋ ਹੁਣ ਇਹਨਾਂ ਦੇ ਨਾਲ? ਹਾਂਜੀ, ਖੁੱਲੇ ਗੱਫੇ ਦੇਣ ਦੀ ਗੱਲ ਕਰ ਰਹੇ। ਜਿੰਨੇ ਵੀ ਦੇਖੋ ਇਹਨਾਂ ਦੀ ਡਿਵੈਲਪਮੈਂਟ ਲਈ ਜੋ ਚਾਹੀਦਾ ਹੋਏਗਾ ਅਸੀਂ ਪੂਰੀ ਐਨ ਮੈਂ ਪੂਰੀ ਵਾਹ ਲਾ ਦਾਂਗਾ ਵੀ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਵਾਸੀਆਂ ਨੇ ਇੰਨੇ ਜਿਹੜਾ ਐਸਾ ਫਤਵਾ ਜਿਸ 'ਤੇ ਤੁਸੀਂ ਕਿਹਾ ਸੀ ਫੁੱਲ ਚੜ੍ਹਾਏ ਹੈ, ਵੱਧ ਤੋਂ ਵੱਧ ਪੈਸੇ ਦੇਣ। 5 ਲੱਖ ਤਾਂ ਥੋੜ੍ਹੀ ਜਿਹੀ ਚੀਜ਼ ਆ। ਅੱਛਾ, ਕੁਛ ਹੀ ਸਮਾਂ ਰਹਿ ਗਿਆ ਜਿਹੜੀਆਂ ਹੁਣ ਜਨਰਲ ਚੋਣਾਂ ਹੋਣੀਆਂ ਪੰਚਾਇਤੀ ਦੀਆਂ ਲੈ ਕੇ, ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਈ ਜਗ੍ਹਾ 'ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਬਹੁਤ ਖੂਨ ਖਰਾਬਾ ਹੋਇਆ, ਤੁਹਾਡੇ ਖੈਰ ਉਹ ਜੀ ਜਿਹੜੀ ਤਸਵੀਰ ਉਹ ਸਾਹਮਣੇ ਨਹੀਂ ਆਈ ਹੈਗੀ ਸਰਬਸੰਮਤੀ ਨਾਲ ਵੱਡੇ ਪੱਧਰ ਉੱਤੇ 55 ਪੰਚਾਇਤਾਂ, ਤੁਸੀਂ 52 ਪੰਚਾਇਤਾਂ ਕਹਿ ਰਹੇ ਵੀ ਚੁਣੀਆਂ ਗਈਆਂ ਨੇ, ਆਮ ਲੋਕਾਂ ਨੂੰ ਹੁਣ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਵਿਰੋਧੀਆਂ ਵੱਲੋਂ ਬਹੁਤ ਸਵਾਲ ਵੀ ਖੜੇ ਕਰ ਜਾ ਰਹੇ ਜਿਹੜੀ ਹਿੰਸਾ ਹੋਈ ਉਸ ਨੂੰ ਲੈ ਕੇ। ਦੇਖੋ ਪੰਚਾਇਤਾਂ ਤਾਂ ਹੋਰ ਵੀ ਵੱਧ ਸਰਬਸੰਮਤੀ ਨਾਲ ਹੋ ਜਾਣੀਆਂ ਸੀ, ਪਰ ਪਿੱਛੇ ਜੇ ਇੱਥੇ ਸਾਬਕਾ ਮੁੱਖ ਮੰਤਰੀ ਆ ਕੇ ਇੱਥੇ ਲੋਕਾਂ ਨਾਲ ਗੱਲਬਾਤ ਕਰਕੇ ਗਏ ਔਰ ਕਈਆਂ ਨੂੰ ਉਕਸਾ ਕੇ ਗਏ ਵੀ ਇਲੈਕਸ਼ਨ ਲੜੋ, ਐਸਾ ਜਿਹੜਾ ਹੈ ਇਹ ਕੰਮ ਕਰ ਨਹੀਂ ਚਾਹੀਦਾ। ਅਸੀਂ ਵੀ ਚਾਹੁੰਦੇ ਹਾਂ, ਮਾਨ ਸਾਹਿਬ ਨੇ ਤਾਂ ਇਹ ਕਿਹਾ ਸੀ, ਦੇਖੋ ਉਹਨਾਂ ਨੇ ਪਾਸ ਕਰਤਾ ਕਿ ਇਸ ਨੂੰ ਪੋਲੀਟੀਕਲਾਈਜ਼ ਨਾ ਕਰੋ, ਇਹ ਜਿਹੜੀਆਂ ਪੰਚਾਇਤਾਂ ਇਹਨਾਂ ਨੂੰ ਪੋਲੀਟੀਕਲ ਸਿਸਟਮ ਤੋਂ ਅਲੱਗ ਰੱਖੀਏ, ਪਿੰਡਾਂ ਦਾ ਭਾਈਚਾਰਾ ਜਿਹੜਾ ਕਾਇਮ ਰੱਖਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਇਹਨਾਂ ਪੰਚਾਇਤਾਂ ਨੂੰ ਜਿਨ੍ਹਾਂ ਨੇ ਉਸ 'ਤੇ ਫੁੱਲ ਚੜ੍ਹਾਏ ਨੇ ਔਰ ਸਾਡੇ ਵੱਲੋਂ ਬਾਕੀ ਜਿਹੜੀਆਂ ਜਿੱਥੇ ਇਲੈਕਸ਼ਨ ਹੋਣੇ ਆ ਉਹਨਾਂ ਨੂੰ ਵੀ ਮੈਂ ਇਹੀ ਆਪਣੇ ਹਲਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਇੱਕ ਸਾਫ਼ ਸੁਥਰੇ ਅਕਸ਼ ਵਾਲੇ ਜਿੰਨੇ ਬੰਦੇ ਹੋਣਗੇ ਜਿਹੜੇ ਖੜ੍ਹੇ ਨੇ ਉਹਨਾਂ ਨੂੰ ਵੋਟਾਂ ਪਾਓ ਤਾਂ ਕਿ ਇੱਕ ਵਧੀਆ ਜਿਹੜੇ ਚੁਣ ਕੇ ਆਉਣੇ ਆ ਉਹ ਵੀ ਵਧੀਆ ਇੱਕ ਕਰੀਮ ਜਿਹੜੀ ਹੈਗੀ ਆ ਤੁਹਾਡੇ ਪਿੰਡਾਂ 'ਚੋਂ ਨਿਕਲੇ ਔਰ ਤੁਹਾਡੇ ਪਿੰਡਾਂ ਦੀ ਤਰੱਕੀ ਲਈ ਕੰਮ ਕਰਨ। ਕਿੰਨਾ ਕੁ ਸਮਾਂ ਲੱਗਿਆ ਸਾਰਿਆਂ ਨੂੰ ਕਨਵਿੰਸ ਕਰਨ ਦੇ ਲਈ ਕਿ ਹਾਂ ਇਹ ਚੀਜ਼ ਸਹੀ ਆ, ਜਾਂ ਕਿਹੜੀ ਥੋਟ ਪ੍ਰੋਸੈਸ ਚੱਲੀ ਆ ਸਾਰੀ ਚੀਜ਼ ਦੇ ਪਿੱਛੇ ਜੋ ਇਹ ਲੋਕ ਇੰਨਾ ਕਨਵਿੰਸ ਹੋਇਆ ਇਲੈਕਟਰਲ ਪੋਲੀਟਿਕਸ ਤੋਂ ਬਾਹਰ ਆਉਣ ਦੀ ਗੱਲ ਇਹਨਾਂ ਵੱਲੋਂ ਕੀਤੀ ਗਈ ਆ, ਸਰਬਸੰਮਤੀ ਨਾਲ ਚੁਣੇ ਗਏ ਨੇ, ਤੇ ਕਿਹੜੇ ਅਜਿਹੇ ਪਿੰਡ ਆ ਜਿੱਥੇ ਪਹਿਲੀ ਵਾਰੀ ਇਹ ਚੀਜ਼ ਹੋਈ ਆ? ਦੇਖੋ ਮੈਂ ਸਭ ਤੋਂ ਪਹਿਲਾਂ ਬਈ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ, ਉਹਨਾਂ ਦੀ ਸੋਚ ਦਾ ਉਹਨੂੰ ਸਲਾਮ ਕਰਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਕਿ ਆਪਾਂ ਸਰਬਸੰਮਤੀ ਨਾਲ ਜਿਹੜਾ ਹੈਗਾ ਪੰਚਾਇਤਾਂ ਚੁਣੀਏ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਅਪੀਲ ਕੀਤੀ ਮੈਂ ਵੀ ਆਪਣੇ ਹਲਕੇ 'ਚ ਵਾਰ ਵਾਰ ਜਿੱਥੋਂ ਵੀ ਮੈਨੂੰ ਮੌਕਾ ਮਿਲਦਾ ਸੀ ਹਰ ਸਟੇਜ ਤੋਂ ਹਰ ਪਲੇਟਫਾਰਮ ਤੋਂ ਮੈਂ ਇਹੀ ਕਿਹਾ ਕਿ ਆਪਾਂ ਸਰਬਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਨੂੰ ਚੁਣਿਆ ਜਾਵੇ। ਤੇ ਆਹ 53 ਤੁਹਾਡੇ ਸਾਹਮਣੇ ਹੀ
ਕੇ ਇਹਨਾਂ ਨੇ ਉਹ ਉਸ ਤੇ ਫੁੱਲ ਚੜਾਏ ਨੇ ਤੇ ਆਸ ਕਰਦੇ ਆ ਕਿ ਜਿੱਥੇ ਇਲੈਕਸ਼ਨ ਵੀ ਉੱਥੇ ਵੀ ਵਧੀਆ ਬਣੇ। ਪ੍ਰਭਾਵ ਤਾਂ ਨਹੀਂ ਪਾਇਆ ਮੌਜੂਦਾ ਸਰਕਾਰ ਆ ਮੌਜੂਦਾ MLA ਕੋਈ ਪ੍ਰਭਾਵ ਤਾਂ ਨਹੀਂ ਹੋਇਆ ਗੱਲ ਅਤਕਾਲੀ ਇਹਨਾਂ ਦੇ ਨਾਲ? ਹਾਂ ਜਿਹਦੇ ਮਰਜ਼ੀ ਨਾਲ ਤੁਸੀਂ ਗੱਲ ਕਰ ਸਕਦੇ ਹੋ, ਕੋਈ ਐਸਾ ਬੰਦਾ ਨਹੀਂ ਜਿਹਨੂੰ ਦਬਾਅ ਤੇ ਦਬਾਅ ਪਾ ਕੇ ਲੈ ਕੇ ਆਉਂਦਾ ਹੋਵੇ। ਕਿਹੜਾ ਪਿੰਡ ਹੈ ਤੁਹਾਡਾ? ਸਾਡਾ ਮਜਾਫ ਪਿੰਡ ਹੈ। ਸਰਬਸੰਮਤੀ ਦੇ ਨਾਲ ਚੋਣ ਹੋਈ ਹੈ ਤੁਹਾਡੀ? ਸਾਡੇ ਪਿੰਡ ਵੀ ਸਰਬਸੰਮਤੀ ਨਾਲ ਚੋਣ ਹੋਈ ਹੈ ਜੀ, ਕਿਉਂਕਿ ਇਹ ਜਿਹੜੀ ਚੋਣ ਆ ਲੋਕਾਂ ਦੁਆਰਾ ਲੋਕਾਂ ਦੇ ਵੈਲਫੇਅਰ ਦੇ ਲਈ ਲੋਕਾਂ ਵਿੱਚੋਂ ਕੀਤੀ ਗਈ ਆ। ਮੇਰੇ ਖਿਆਲ ਨਾਲ ਵੀ ਜਿਹੜਾ ਭਾਰਤ ਦੇਸ਼ ਆ ਉਹ ਇੱਕ ਡੈਮੋਕਰੇਟਿਕ ਕੰਟਰੀ ਆ ਅਤੇ ਪਿੰਡਾਂ ਦੇ ਵਿੱਚ ਹੀ ਵੱਸਦਾ ਹੈ ਅਤੇ ਸਾਡਾ ਪੰਜਾਬ ਜਿਹੜਾ ਉਹਦੇ ਭਾਰਤ ਦੇ ਵਿੱਚੋਂ ਪੂਰੇ ਸੂਬਿਆਂ ਵਿੱਚੋਂ ਥੋੜ੍ਹਾ ਜਿਹਾ ਐਡਵਾਂਸ ਸੂਬਾ ਹੈ, ਕਿਉਂਕਿ ਇੱਥੇ ਲੋਕ ਜਾਗਰੂਕ ਨੇ, ਪੜ੍ਹੇ ਲਿਖੇ ਨੇ, ਸੂਝਵਾਨ ਨੇ। ਜੇ ਕਿਸਾਨੀ ਵੀ ਕਰਦੇ ਤਾਂ ਉਹ ਵੀ ਜਿਹੜੇ ਆ ਬੜੀ ਸਮਝਦਾਰੀ ਨਾਲ ਕਿਸਾਨੀ ਕਰਦੇ ਨੇ। ਸੋ ਮੈਂ ਉਹਨਾਂ ਪਿੰਡਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੌਕੇ ਨੂੰ ਅਜਾਈ ਨਹੀਂ ਜਾਣ ਦਿੱਤਾ, ਕਿਉਂਕਿ ਜਿਵੇਂ ਆਪਣੇ MLA ਸਾਹਿਬ ਨੇ ਦੱਸਿਆ ਕਿ ਹਲਕੇ ਦੇ ਵਿੱਚੋਂ ਜਿਹੜੇ ਵੀ ਪਿੰਡ ਚੁਣੇ ਜਾਣਗੇ ਉਹਨਾਂ ਨੂੰ 5 ਲੱਖ ਰੁਪਏ ਜਿਹੜਾ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਸਨਮਾਨ ਵਜੋਂ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਵੱਡੇ ਵੱਡੇ ਗੱਫੇ ਜਿਹੜੇ ਦਿੱਤੇ ਜਾਣਗੇ। ਤਾਂ ਮੇਰੇ ਖਿਆਲ ਨਾਲ ਜਿਹੜੇ ਇਕੱਲੇ 5 ਲੱਖ ਦੇ ਲਾਲਚ ਵਿੱਚ ਨਹੀਂ, ਲੋਕਾਂ ਨੇ ਪਿੰਡਾਂ ਦੇ ਵਿਕਾਸ ਦੇ ਲਈ ਉਹਨਾਂ ਨੇ ਵਿਕਾਸ ਨੂੰ ਪਹਿਲ ਦੇ ਕੇ ਪਾਰਟੀ ਲੈਵਲ ਤੋਂ ਰਾਜਨੀਤਿਕ ਸਿਧਾਂਤਾਂ ਤੋਂ ਉੱਪਰ ਉੱਠ ਕੇ ਆਪਸੀ ਇਤਫਾਕ ਅਤੇ ਭਾਈਚਾਰੇ ਨੂੰ ਕਾਇਮ ਰੱਖਦੇ ਹੋ ਇੱਕ ਮਿਸਾਲ ਦਿੱਤੀ ਹੈ। ਇਸ ਦੇ ਤਹਿਤ ਹੀ ਉਹਨਾਂ ਨੇ ਇਲਾਕੇ ਦੇ ਜਿੰਨੇ ਪਿੰਡ ਆ ਜਿੱਥੇ ਕਿ ਰਾਜਨੀਤਿਕ ਪਾਰਟੀਆਂ ਦਾ ਅੱਜ ਤੱਕ ਬਹੁਤ ਵੱਡਾ ਦਬਦਬਾ ਰਿਹਾ ਅਤੇ ਉਹਨਾਂ ਦੀ ਸੋਚ ਇਹ ਹੁੰਦੀ ਸੀ ਕਿ ਵੋਟਾਂ ਤੋਂ ਬਿਨਾਂ ਇੱਥੇ ਕੋਈ ਸੰਭਵ ਨਹੀਂ, ਪਰ ਉਹਨਾਂ ਨੂੰ ਉਸ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਕੇ ਦਿਖਾ ਦਿੱਤਾ, ਕਿਉਂਕਿ ਉਹਨਾਂ ਨੇ ਆਪਸੀ ਜਿਹੜਾ ਇਤਫਾਕ ਨੂੰ ਪਹਿਲ ਦਿੱਤੀ ਆ, ਨਾ ਕਿ ਕਿਸੇ ਪ੍ਰਕਾਰ ਦੀ ਕੋਈ ਰਾਜਨੀਤੀ ਨੂੰ। ਕਿਉਂਕਿ ਈਵਨ ਕਿ ਜਿਹੜੇ ਫਾਰਮ ਭਰੇ ਗਏ, ਮੈਂ ਇੱਕ ਐਡਵੋਕੇਟ ਵਜੋਂ ਕੰਮ ਕਰਦਾ ਰੋਪੜ ਦੀ ਕੋਰਟ ਵਿਖੇ, ਮੇਰੇ ਕੋਲ ਵੀ ਬਹੁਤ ਸਾਰੇ ਆਪਣੇ ਜਿਹੜੇ ਚਹੇਤੇ ਆ ਫਾਰਮ ਭਰਾਉਣ ਲਈ ਆਇਆ, ਪਰ ਉਹਦੇ ਵਿੱਚ ਉਹ ਇਹ ਆਪਸ਼ਨ ਕਹਿੰਦੇ ਸੀ ਕਿ ਇਹਦੇ ਉੱਪਰ ਫਾਰਮ ਦੇ ਉੱਪਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨਾਮ ਨਾ ਲਿਖਿਓ, ਕਿਉਂਕਿ ਸਿਰਫ ਆਜ਼ਾਦ ਉਮੀਦਵਾਰ ਵਜੋਂ ਲਿਖਿਓ, ਤਾਂ ਕਿ ਜਿਹੜਾ ਕਿਸੇ 'ਤੇ ਆਪਾਂ ਇਹ ਦਬਾਅ ਨਾ ਪਾਈਏ ਜਾਂ ਕਿਸੇ ਨੂੰ ਇਹ ਬਲੇਮ ਨਾ ਲਾਈਏ ਕਿ ਸੰਬੰਧਿਤ ਸਰਕਾਰ ਨੇ ਇਹ ਪ੍ਰੈਸ਼ਰਾਈਜ਼ ਕਰਕੇ ਜਿਹੜੇ ਸਾਡੇ ਪੇਪਰ ਫਿਲ ਕਰਵਾਏ ਆ ਜਾਂ ਜਿਹੜੇ ਉਹਨਾਂ ਨੇ ਕਿਸੇ ਰਾਜਨੀਤਿਕ ਦਬਾਅ ਤਹਿਤ ਜਿਹੜਾ ਸਾਡਾ ਦੂਜੀ ਪਾਰਟੀਆਂ ਦਵਾਇਆ, ਮਤਲਬ ਇੱਦਾਂ ਤਾਂ ਕੋਈ ਦੇਖਣ ਨੂੰ ਕੋਈ ਝਲਕ ਨਹੀਂ ਮਿਲੀ। ਜਿੰਨੇ ਵੀ ਮੇਰੇ ਕੋਲ ਫਾਰਮ ਫਿਲ ਕਰਾਉਣ ਆਇਆ ਉਹਨਾਂ ਸਭ ਦੀ ਇੱਕੋ ਰਾਏ ਹੁੰਦੀ ਸੀ ਕਿ ਅਸੀਂ ਜਿਹੜਾ ਪਿੰਡ ਦਾ ਵਿਕਾਸ ਕਰਨਾ, ਕਿਉਂਕਿ ਸਾਡੇ ਪਿੰਡ ਦਾ ਉਹ ਕਹਿੰਦੇ ਸੀ ਪਹਿਲਾਂ ਵਿਕਾਸ ਕਦੇ ਹੋਇਆ ਨਹੀਂ, ਉਹਨਾਂ ਦੀ ਮਤਲਬ ਇਹ ਚੇਤਨਾ ਰਹੀ ਆ, ਇਹ ਸੋਚ ਰਹੀ ਆ। ਮੈਂ ਉਹਨਾਂ ਦਾ ਇਸ ਗੱਲੋਂ ਉਹਨਾਂ ਨੂੰ ਮੋਟੀਵੇਸ਼ਨ ਵੀ ਕਰਦਾ ਰਿਹਾ ਕਿ ਤੁਸੀਂ ਆਓ ਅਤੇ ਅੱਗੇ ਨੌਜਵਾਨ ਪੀੜ੍ਹੀ ਨੂੰ ਵੀ ਉਤਸ਼ਾਹ ਦਿੰਦਾ ਰਿਹਾ ਕਿ ਆ ਕੇ ਤੁਸੀਂ ਜਿਹੜੀ ਆ ਵਾਗਡੋਰ ਸੰਭਾਲੋ, ਕਿਉਂਕਿ ਜਿਹੜੇ ਆ ਪੰਜਾਬ ਦੇ ਵਿੱਚ ਹਾਲਾਤ ਅੱਜ ਤੱਕ ਇੱਦਾਂ ਦੇ ਰਹੇ ਆ ਕਾਫੀ ਲੰਬੇ ਸਿਰ ਤੋਂ, ਜਿਹੜੇ ਰਸਮੀ ਤੌਰ 'ਤੇ ਉਹੀ ਲੋਕ ਬਣਦੇ ਆ ਰਹੇ ਸੀ, ਉਹਨਾਂ ਨੂੰ ਮੇਰੇ ਖਿਆਲ ਹੁਣ ਇਸ ਵਾਰੀ ਠੱਲ ਵੀ ਪਈ ਆ ਅਤੇ ਜਿਹੜਾ ਉਹਨਾਂ ਦਾ ਰਾਜਨੀਤੀਕਰਨ ਜਿਹੜਾ ਉਹ ਵੀ ਖਤਮ ਹੋ ਗਿਆ। ਸੋ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ 53 ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਉਹ ਚੁਣਦੀਆਂ ਗਈਆਂ ਨੇ ਸਰਬਸੰਮਤੀ ਦੇ ਨਾਲ, ਇੱਕ ਵੱਡੇ ਪੱਧਰ ਉੱਤੇ ਇਸ ਚੀਜ਼ ਨੂੰ ਦੇਖਿਆ ਜਾ ਸਕਦਾ, ਉਹ ਵੀ ਉਦੋਂ ਜਦੋਂ ਕਰੀਬ 48 ਘੰਟੇ ਹੀ ਬਚੇ ਹੋਣ ਜਿਹੜੀਆਂ ਚੋਣਾਂ ਹੋਣੀਆਂ ਪੰਚਾਇਤਾਂ ਨੂੰ ਉਸ ਵਕਤ ਲੈ ਕੇ। ਨਿਊਜ਼ 18 ਪੰਜਾਬ ਦੇ ਲਈ ਮੈਂ ਅਮਨ ਪਿਛਾਲ ਮੋਰਿੰਡਾ ਤੋਂ।